ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਸਾਰੇ ਪੰਜਾਬ ਦੇ ਗੌਰਮੈਂਟ ਇੰਪਲੋਈਜ਼ ਨੂੰ, ਸਪੈਸ਼ਲੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੇ ਆ, ਕਿ ਵੀਰੋ ਬੜੀ ਵਾਹਿਗੁਰੂ ਦੀ ਕਿਰਪਾ, ਆਪਾਂ ਤਨਖਾਹਾਂ ਲੈਂਦੇ ਹਾਂ, ਸਾਰਾ ਕੰਮ ਆਪਾਂ ਸਰਕਾਰਾਂ ਦੇ ਉੱਤੇ ਨਾ ਸਿੱਟੀਏ, ਅਤੇ ਕਿਰਪਾ ਕਰੋ ਵੀ ਆਪਾਂ ਸਾਰੇ ਜਣੇ ਰੋਜ਼ ਥੋੜ੍ਹਾ ਥੋੜ੍ਹਾ ਰਾਸ਼ਨ ਲੈ ਕੇ, ਦੁੱਧ ਲੈ ਕੇ, ਬ੍ਰੈਡ ਲੈ ਕੇ ਜਾਂ ਹੋਰ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਨੇ ਲੈ ਕੇ, ਉਹ ਜਿਹੜੇ ਗਰੀਬ ਪਰਿਵਾਰ ਨੇ, ਜਿਹੜੇ ਨੀਡੀ ਪੀਪਲਸ ਨੇ, ਆਮ ਆਪਾਂ ਦੇਖਦੇ ਹਾਂ ਸੜਕਾਂ 'ਤੇ ਵੀ ਬਹਿੰਦੇ ਆ ਝੁੱਗੀਆਂ ਝੋਂਪੜੀਆਂ ਵਾਲੇ ਨੇ, ਉਹਨਾਂ ਤੱਕ ਆਪਾਂ ਦੁੱਧ ਪਹੁੰਚਾਈਏ ਅਤੇ ਖਾਣ ਪੀਣ ਦਾ ਜਿਹੜਾ ਜ਼ਰੂਰੀ ਸਮਾਨ ਹੈ ਉਹ ਪਹੁੰਚਾਈਏ, ਤਾਂ ਕਿ ਆਪਾਂ ਇਸ ਔਖੇ ਟਾਈਮ ਦੇ ਵਿੱਚ ਆਪਾਂ ਵੀ ਉਹਨਾਂ ਦੀ ਕੋਈ ਹੈਲਪ ਕਰ ਸਕੀਏ। ਇਹ ਨਹੀਂ ਵੀ ਆਪਾਂ ਨਿਰਾ ਸਰਕਾਰਾਂ 'ਤੇ ਸਿੱਟ ਦਈਏ, ਆਪਣਾ ਵੀ ਫਰਜ਼ ਆ, ਆਪਾਂ ਵੀ ਇਨਸਾਨ ਆ, ਵਾਹਿਗੁਰੂ ਨੇ ਆਪਾਂ ਨੂੰ ਰੁਜ਼ਗਾਰ ਦਿੱਤੇ ਆ। ਜਿੰਨੇ ਵੀ ਗੌਰਮੈਂਟ ਇੰਪਲੋਈਜ਼ ਨੇ, ਸਪੈਸ਼ਲੀ ਪੰਜਾਬ ਪੁਲਿਸ ਦੇ ਜਾਂ ਹੋਰ ਵੀ ਜਿਹੜੇ ਲੋਕਾਂ ਨੂੰ ਲੱਗਦਾ ਅਸੀਂ ਹੈਲਪ ਕਰ ਸਕਦੇ ਹਾਂ, ਅਤੇ ਪਲੀਜ਼ ਆਈ ਰਿਕੁਐਸਟ ਯੂ ਆਲ ਦੈਟ ਪਲੀਜ਼ ਕੰਮ ਇੱਥੇ ਆਓ ਅਤੇ ਆ ਕੇ ਲੋਕਾਂ ਦੀ ਯਾਰ ਸੇਵਾ ਕਰੋ। ਹੁਣ ਉਹਨਾਂ ਨੂੰ ਜ਼ਰੂਰਤ ਹੈ, ਬਾਅਦ ਦੇ ਵਿੱਚ ਆਪਾਂ ਦਾਅਵੇ ਕਰਦੇ ਫਿਰੀਏ ਉਹਦਾ ਕੋਈ ਫਾਇਦਾ ਨਹੀਂ। ਹੁਣ ਆਓ ਇੱਥੇ ਫੀਲਡ ਦੇ ਵਿੱਚ, ਗਰਾਊਂਡ ਲੈਵਲ 'ਤੇ ਆਓ, ਸਾਰੇ ਨਾ ਆਓ ਲੇਕਿਨ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਅਥੋਰਿਟੀ ਹੈ, ਉਹ ਆ ਸਕਦੇ ਆ ਰੋਡਾਂ ਦੇ ਉੱਤੇ, ਤੁਹਾਡੇ ਯੂਨੀਫਾਰਮ ਪਾਈ ਹੁੰਦੀ ਹੈ, ਤੁਸੀਂ ਆ ਕੇ ਯੂਨੀਫਾਰਮ ਦੇ ਵਿੱਚ ਉਹਨਾਂ ਦੀ ਸੇਵਾ ਕਰ ਸਕਦੇ ਹੋ। ਬਹੁਤ ਜ਼ਰੂਰਤ ਹੈ ਯਾਰ ਉਹਨਾਂ ਨੂੰ, ਤੁਸੀਂ ਮਿਲੋਗੇ ਉਹਨਾਂ ਨੂੰ, ਚੀਜ਼ਾਂ ਦਿਓਗੇ, ਉਹ ਬੜੇ ਖੁਸ਼ ਹੁੰਦੇ ਨੇ, ਤੁਹਾਡੀ ਆਤਮਾ ਨੂੰ ਵੀ ਬਹੁਤ ਖੁਸ਼ੀ ਮਿਲੂਗੀ। ਮੈਂ ਬੇਨਤੀ ਕਰਦਾ ਕਿ ਆਓ ਯਾਰ ਜ਼ਰੂਰ, ਸਾਰੇ ਬੇਨਤੀ ਹੈ ਮੇਰੀ, ਸਾਰੇ ਲੋਕਾਂ ਦੀ ਹੈਲਪ ਕਰੋ, ਜਿਹੜੇ ਲੋਕ ਤੁਹਾਨੂੰ ਲੱਗਦੇ ਆ ਵੀ ਇਹਨਾਂ ਨੂੰ ਜ਼ਰੂਰਤ ਹੈ ਖਾਣ ਪੀਣ ਦੇ ਸਮਾਨ ਦੀ। ਕੁਛ ਨਹੀਂ ਹੁੰਦਾ, ਬਥੇਰਾ ਕਮਾਇਆ, ਸਾਰੀ ਜ਼ਿੰਦਗੀ ਕਮਾਉਂਦੇ ਰਹਾਂਗੇ ਜੇ ਜਿਉਂਦੇ ਰਹੇ, ਪਰ ਜਿੰਨਾ ਚਿਰ ਜਿਉਂਦੇ ਹਾਂ ਵੀਰੋ, ਹੁਣ ਸੇਵਾ ਦਾ ਮੌਕਾ, ਹੁਣ ਵੱਧ ਤੋਂ ਵੱਧ ਸੇਵਾ ਦਾ ਲਾਹਾ ਲਓ। ਵਾਹਿਗੁਰੂ।